ਇੱਕ ਪਾਸੇ ਤਾਂ ਦੇਸ਼ ਵਿੱਚ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਅਤੇ ਦੂਜੇ ਪਾਸੇ ਕੁਝ ਅਜਿਹੀਆਂ ਗੈਸ ਏਜੰਸੀਆਂ ਵੀ ਨੇ ਜਿਹੜੀਆਂ ਕਿ ਲੋਕਾਂ ਨਾਲ ਧੋਖਾ ਕਰਕੇ ਉਹਨਾਂ ਨੂੰ ਰਗੜ ਲਗਾ ਰਹੀਆਂ ਨੇ। ਜੀ ਹਾਂ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਪਿੰਡ ਖੇਤਰਾ ਤੋਂ, ਜਿੱਥੇ ਕੌਂਸਲ ਐਸਪੀ ਗੈਸ ਏਜੰਸੀ ਪਾਤੜਾ ਵੱਲੋਂ ਪਿੰਡਾਂ ਨੂੰ ਸਪਲਾਈ ਦਿੱਤੀ ਜਾਂਦੀ ਹੈ। ਦਿੱਤੀ ਜਾ ਰਹੀ ਇਸ ਸਪਲਾਈ ਦੌਰਾਨ ਏਜੰਸੀ ਵੱਲੋਂ ਲੋਕਾਂ ਨੂੰ ਰਗੜਾ ਲਗਾਉਣ ਬਾਰੇ ਪਤਾ ਲੱਗਿਆ ਹੈ। ਦਰਅਸਲ ਇਹਨਾਂ ਵੱਲੋਂ ਸਪਲਾਈ ਹੋਣ ਵਾਲੇ ਸਿਲੰਡਰਾਂ ਵਿੱਚੋਂ 400 ਗ੍ਰਾਮ ਤੋਂ ਲੈ ਕੇ 2.5 ਕਿਲੋ ਤੱਕ ਘੱਟ ਗੈਸ ਪਾਈ ਜਾ ਰਹੀ ਹੈ। ਉਰੇ ਅਸੀਂ ਜਾਨੀ ਕਿ ਇਹਨੂੰ ਫੋਨ ਕਰਿਆ, ਕਹਿੰਦੇ ਖੇਤ ਲੈ, ਕਹਿੰਦੇ ਮੰਡੀ ਲਵੇ ਆ ਜੂ ਵੀ। ਅਸੀਂ ਆਏ ਉਰੇ, ਮੈਂ ਪਹਿਲਾਂ ਇਹਨਾਂ ਗੈਸ ਲੈ ਗਿਆ ਜੀ, ਉਹਦੇ ਵਿੱਚ 400 ਗ੍ਰਾਮ ਘੱਟੀ। ਜਿਹੜਾ ਇਹਨਾਂ ਨੂੰ ਪਹਿਲਾਂ ਗੈਸ ਦਿੱਤਾ ਸੀਗਾ ਉਹਦੇ 'ਚੋਂ 2.5 ਕਿਲੋ ਘੱਟੀ, ਅਤੇ ਹੁਣ ਅਸੀਂ ਉਹਨਾਂ ਦੇ ਮਾਲਕ ਨੂੰ ਫੋਨ ਕਰਿਆ, ਉਹ ਕਹਿੰਦੇ ਤੁਹਾਨੂੰ ਅਗਲੀ ਵਾਰ ਠੀਕ ਕਰਕੇ ਦੇ ਦਾਂਗੇ, ਅਸੀਂ ਅੱਗੇ ਗੱਲ ਕਰਾਂਗੇ, ਐਂ ਕਰਾਂਗੇ, ਵਾਹ ਕਰਾਂਗੇ। ਜਾਨੀ ਕਿ ਮੇਰਾ 3 ਵਾਰ ਪਿਛਲੀ ਵਾਰ ਘੱਟ ਚੁੱਕਾ, ਆਹ ਮੁੰਡਾ ਗੱਲ ਦਾ ਗਵਾਹ ਹੀ ਵੀ ਪਿਛਲੀ ਵਾਰ ਘਟਿਆ ਸੀ ਮੇਰੀ ਦੁਕਾਨ 'ਤੇ, ਮੈਨੂੰ ਫਿਰ ਵੀ ਕੁਛ ਵੀ ਨਹੀਂ ਕਰਿਆ ਸੀਗਾ। 1.5 ਕਿਲੋ ਘਟਿਆ ਸੀਗਾ ਇਸ ਵਾਰੀ, 1.300, 1.400, 1.25 ਕਿਲੋ। ਇਹ ਕੁਸ਼ਲ ਗੈਸ ਏਜੰਸੀ ਪਾਤੜਾ ਜੀ ਵਾਲੇ ਦੀ, ਕਿਹੜੇ ਦਾ ਇਹ? ਕੁਸ਼ਲ ਗੈਸ ਏਜੰਸੀ ਪਾਤੜਾ ਜੀ, HP ਵਾਲੇ ਦੀ। ਕਹਿੰਦੇ ਜੀ ਸਾਨੂੰ ਪੂਰੀ ਤਰ੍ਹਾਂ ਉਹ ਹੋਵੇ ਜੀ, ਸਾਡੇ ਜਿਵੇਂ ਪਹਿਲਾਂ ਸਾਡੇ ਘੱਟਦੇ ਨੇ ਜੀ, ਸਾਨੂੰ ਪੂਰੀ ਗੈਸ ਮਿਲੀ ਜੀ। ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਅਸੀਂ ਤਾਂ ਇਹੀ ਗੱਲ ਕਹਿੰਦੇ ਵੀ ਬਾਈ, ਹੁਣ ਸਾਡੇ ਪਿੰਡ 'ਚ 100 ਗੈਸ ਸਿਲੰਡਰ ਵੰਡ ਚੁੱਕੇ ਨੇ ਵੀ, ਅਸੀਂ ਨੇ ਹੁਣ 4-5 ਸਿਲੰਡਰ ਤੋਲਤੇ, 4-5 'ਚੋਂ ਘੱਟ ਗਿਆ ਵੀ, ਇਹਨਾਂ 'ਤੇ ਪੂਰੀ ਕਾਰਵਾਈ ਹੋਣੀ ਚਾਹੀਦੀ। ਇਹ ਲੋਕਾਂ ਨੂੰ ਲੁੱਟ ਰਹੇ ਨੇ। ਕਿਹਾ ਉਹਨਾਂ ਦਾ, ਇਹਨਾਂ ਦਾ ਮੁਲਾਜ਼ਮ ਹੈ, ਉਹ ਕਹਿੰਦਾ ਜੀ ਸਾਨੂੰ ਤਾਂ ਪਤਾ ਨਹੀਂ, ਮੈਂ ਤਾਂ ਇਹਨਾਂ ਦਾ ਮੁਲਾਜ਼ਮ ਹਾਂ, ਮਾਲਕਾਂ ਨਾਲ ਗੱਲ ਕਰੋ। ਮਾਲਕ ਨਾਲ ਗੱਲ ਕਰੀ, ਮਾਲਕ ਕਹਿੰਦਾ ਵੀ ਮੈਂ ਉਰੇ ਆ ਨਹੀਂ ਸਕਦਾ। ਕਿੰਨਾ ਕਿੰਨਾ ਵਜ਼ਨ ਘੱਟਿਆ? 1 'ਚੋਂ ਤਾਂ 2.5 ਕਿਲੋ ਘੱਟਾ ਜੀ, 1 'ਚੋਂ 800 ਗ੍ਰਾਮ, 1 'ਚੋਂ 1.5 ਕਿਲੋ। ਅਸੀਂ ਨੇ 3 ਸਿਲੰਡਰ ਚੋਖੇ ਨੇ ਉਰੇ ਦੁਕਾਨ 'ਤੇ, 28 ਨੇ ਅਗਲਾ ਕਹਿੰਦਾ, ਐਂ ਲੈ ਜਾਂਦਾ ਅਗਲਾ ਬੋਝ ਬਚਾ ਕੇ, ਉੱਪਰੋਂ ਗੈਸ ਘੱਟਾ। ਫੁੱਲ ਕਾਰਵਾਈ ਹੋਣੀ ਚਾਹੀਦੀ ਹੈ ਜੀ, ਇਹਨਾਂ ਦਾ ਪੂਰਾ ਹੱਲ ਹੋਣਾ ਚਾਹੀਦਾ ਜੀ, ਬਿਲਕੁਲ ਲਾਇਸੈਂਸ ਕੈਂਸਲ ਹੋਣਾ ਚਾਹੀਦਾ। 2-3 ਸਿਲੰਡਰ ਤੋਲੇ ਜੀ, ਠੀਕ ਹੈ ਜੀ, ਉਹਦਾ ਵਿੱਚ 1 'ਚੋਂ 300 ਗ੍ਰਾਮ ਘੱਟਾ, 1 'ਚੋਂ 400, 1 'ਚੋਂ 2.5 ਕਿਲੋ ਘੱਟ ਜੀ। ਸੀਲ ਲੱਗੀ ਹੋਈ ਇਹਨਾਂ 'ਤੇ? ਹਾਂ, ਸੀਲਾਂ ਲੱਗੀਆਂ ਹੋਈਆਂ ਨੇ ਜੀ, ਸਵੇਰੇ ਗੱਡੀ 'ਚੋਂ ਲਿਆਉਂਦੇ ਜੀ। ਫਿਰ ਕਿਸ ਤਰ੍ਹਾਂ ਕਿਉਂ ਘੱਟ ਰਹੇ ਨੇ, ਇਹ ਕੀ ਕਾਰਨ ਹੈ? ਪਤਾ ਨਹੀਂ ਜੀ, ਹੁਣ ਆਪਾਂ ਤਾਂ ਕੀ ਦਿੱਕਤ ਹੈ ਜੀ, ਇੰਨਾ ਮੈਨੂੰ ਪਤਾ ਜੀ ਕੁਛ ਇਸਦਾ। ਇਹਦੇ ਸੰਬੰਧ ਮਾਲਕ ਨਾਲ ਗੱਲ? ਆਪਣਾ ਮੈਂ ਮਾਲਕ ਨਾਲ ਗੱਲ ਕੀਤੀ ਹੈ ਜੀ, ਮਾਲਕ ਹੁਣ ਕਹਿੰਦੇ ਵੀ ਹੁਣ ਪਿੱਛੋਂ ਕਈ ਵਾਰ ਦੇਖੋ ਕੋਈ ਦਿੱਕਤ ਵੀ ਆ ਜਾਂਦੀ ਹੈ ਜੀ, ਹੁਣ ਆਪਾਂ ਤਾਂ ਇਹਦੇ ਬਾਰੇ ਕੁਛ ਨਹੀਂ ਪਤਾ ਜੀ। ਕੀ ਕਿੰਨਾ ਦੀ ਏਜੰਸੀ, ਕਿਸ ਨਾਮ 'ਤੇ ਏਜੰਸੀ? ਕੌਸ਼ਲ HP ਸਪਲਾਈ ਦੇ ਰਹੇ ਨੇ ਜੀ, ਉਹ ਘੱਟ ਵੇਟ ਦੀ ਦੇ ਰਹੇ ਨੇ, ਤੁਹਾਡੀ ਉਹਦੀ ਕੋਈ ਰਿਸਪੋਂਸੀਬਿਲਟੀ ਨਹੀਂ ਬਣਦੀ। ਤੁਹਾਡੇ ਜ਼ਿਲ੍ਹੇ ਦੇ ਵਿੱਚ ਆ ਕੇ ਘੱਟ ਵੇਟ ਦੀ ਸਪਲਾਈ ਦੇ ਰਹੇ ਨੇ, ਉਹਨੂੰ ਚੈੱਕ ਕਰਨਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਆ ਕੇ? ਚੈਕਿੰਗ ਨਹੀਂ, ਇਹ ਕੰਪਨੀ ਦਾ ਬੰਦਾ ਵੀ ਉਹਦਾ ਕਰੂਗਾ ਨਾ ਕੰਮ, ਆਹਦੀ ਚਿੱਠੀਆਂ ਕੱਢ ਰਿਹਾ ਹੁਣੇ ਦੀ ਜੇ ਚੈਕਿੰਗ ਕਰਨੀ ਹੈ ਜੀ। ਨਹੀਂ, ਤੁਸੀਂ ਇਹਦੇ ਜਾਣੀ ਕਿ ਤੁਸੀਂ ਕਹਿ ਰਹੇ ਹੋ ਵੀ ਉਹ ਪਟਿਆਲੇ ਜ਼ਿਲ੍ਹੇ 'ਚ ਹੈ, ਕੀ ਉਹ ਪਟਿਆਲੇ ਜ਼ਿਲ੍ਹੇ ਵਾਲੇ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ ਕੇ ਉਹ ਬੰਦਾ ਸੇਲ ਕਰਦਾ? ਫੂਡ ਸਪਲਾਈ ਦਾ ਤੁਹਾਡੇ ਲਈ ਮਹਿਕਮਾ ਹੈ, ਉਹ ਸਪਲਾਈ ਦੇ ਉੱਤੇ ਤੁਹਾਡੀ ਕੋਈ ਗੌਰ ਕਰਨ ਦਾ ਤੁਹਾਡਾ ਕੋਈ ਅਧਿਕਾਰ ਨਹੀਂ ਹੈਗਾ, ਜਾਂ ਤੁਹਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ? ਜੇ ਮੰਨ ਲਓ ਜੀ ਉਹ ਸਪਲਾਈ ਉਰੇ ਆਪਣੇ ਡਿਸਟ੍ਰਿਕਟ ਵਿੱਚ ਦੇ ਰਹੇ ਨੇ, 2-2 ਕਿਲੋ ਦੀ ਲੁੱਟ ਮਚਾ ਰਹੀ ਹੈ, ਪਤਾ ਪ੍ਰਸ਼ਾਸਨ ਦੀ ਕੋਈ ਗੌਰ ਨਹੀਂ ਜੀ ਉਸ 'ਤੇ, ਮਚਾ ਰਹੇ ਨੇ ਤਾਂ ਮਚਾਉਣ ਦਿਓ। ਹੁਣ ਕਈ ਮਾਮਲੇ ਆਉਂਦੇ ਨੇ ਜੀ, ਕਿਸੇ ਤੋਂ ਵੀ ਅਸੀਂ ਪੱਖ ਲੈਣ ਜਾਂਦੇ ਹਾਂ ਤਾਂ ਉਹ ਅਗਲਾ ਕਹੂਗਾ, ਤੁਹਾਡਾ ਹੱਕ ਹੀ ਬਣਦਾ।
ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।